ਸ਼੍ਰੀਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਵੜੈਚ। ਤੁਸੀਂ ਮੈਨੂੰ ਦੇਖ ਰਹੇ ਹੋ ਹਰ ਵਾਰ ਦੀ ਤਰ੍ਹਾਂ ਰੋਲਿੰਗ ਫਰੇਮਸ ਇੰਟਰਟੇਨਮੈਂਟ ਚੈਨਲ 'ਤੇ। ਤੁਸੀਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਪਾਂ ਤੁਹਾਨੂੰ ਹੋਰ ਵੀ ਸੋਹਣੀਆਂ ਸੋਹਣੀਆਂ ਕਵਿਤਾਵਾਂ ਸੁਣਾ ਸਕੀਏ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ, ਤੁਸੀਂ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ। ਸੋ ਆ ਜਾਓ, ਆਪਾਂ ਅਗਲੀ ਕਵਿਤਾ ਸੁਣਾਵਾਂਗੇ ਤੁਹਾਨੂੰ, ਤੇਰਾ ਮੇਰਾ ਵਜੂਦ। ਦੋਸਤੋ, ਇਹ ਕਵਿਤਾ ਹੈ ਪਿਆਰ ਕਰਨ ਵਾਲਿਆਂ ਲਈ। ਜਦੋਂ ਦਿਲ ਦੀਆਂ ਤੰਦਾਂ ਇੰਨੀਆਂ ਜੁੜ ਜਾਂਦੀਆਂ ਨੇ, ਇਸ਼ਕ ਮਜਾਜੀ ਜਿਹੜਾ, ਇਸ਼ਕ ਹਕੀਕੀ ਬਣ ਜਾਂਦਾ। ਸੋ ਆ ਜਾਓ, ਕਿਵੇਂ ਕੋਈ ਕਹਿੰਦਾ ਹੈ ਕਿ ਤੇਰੇ ਵਜੂਦ ਨੂੰ, ਤੇਰੇ ਵਜੂਦ ਨੇ ਕਈਆਂ ਨੂੰ ਆਬਾਦ ਕੀਤਾ, ਲੈ ਕੇ ਜ਼ਿੰਦਗੀ ਤੇਰੇ ਤੋਂ ਅੱਜ ਸੱਜਣਾ, ਮੈਂ ਖੁਦ ਕੋਲੋਂ ਹੀ ਖੁਦ ਨੂੰ ਆਜ਼ਾਦ ਕੀਤਾ। ਮੇਰੀ ਰੂਹ ਨੂੰ ਤੇਰੇ ਸਾਹਾਂ ਨੇ ਅਮੁੱਲਾ ਕੋਈ ਸਵਾਸ ਦਿੱਤਾ, ਲੈ ਕੇ ਜ਼ਿੰਦਗੀ ਤੇਰੇ ਤੋਂ ਅੱਜ ਸੱਜਣਾ, ਮੈਂ ਖੁਦ ਕੋਲੋਂ ਹੀ ਖੁਦ ਨੂੰ ਆਜ਼ਾਦ ਕੀਤਾ। ਤੇਰੇ ਸਫ਼ਰ ਦੀ ਇੱਕੋ ਗੱਲ ਯਾਦ ਹੈ, ਤੂੰ ਉਜੜੇ ਰੁੱਖਾਂ ਨੂੰ ਵੀ ਬਾਗ ਕੀਤਾ, ਹੁਣ ਮੈਂ ਵੀ ਸੁਪਨੇ ਦੇਖਦਾ ਹਾਂ, ਤੂੰ ਹੀ ਤਾਂ ਮੈਨੂੰ ਖੁਆਬ ਦਿੱਤਾ, ਲੈ ਕੇ ਜ਼ਿੰਦਗੀ ਤੇਰੇ ਤੋਂ ਅੱਜ ਸੱਜਣਾ, ਮੈਂ ਖੁਦ ਕੋਲੋਂ ਹੀ ਖੁਦ ਨੂੰ ਆਜ਼ਾਦ ਕੀਤਾ। ਮੈਂ ਚਾਹੁੰਦਾ ਹਾਂ ਤੂੰ ਰੁੱਖਾਂ ਨੂੰ ਸੁਣਦੀ ਰਹੀਂ, ਦਿਲ ਦੀ ਧਰਤੀ 'ਤੇ ਬਾਗਾਂ ਨੂੰ ਬੁਣਦੀ ਰਹੀਂ। ਸੋ ਦੋਸਤੋ, ਹਰ ਦਿਲ ਦੇ ਕੋਨੇ ਵਿੱਚ ਜਿਹੜੀਆਂ ਬੇਜੋਰ ਖੁਆਇਸ਼ਾਂ ਹੁੰਦੀਆਂ ਨੇ ਮੁਹੱਬਤ ਦੇ ਰੂਪ ਵਿੱਚ, ਉਹ ਇਹੀ ਕਹਿੰਦੀਆਂ ਨੇ ਆਪਣੇ ਮਹਿਬੂਬ ਨੂੰ ਕਿ ਤੂੰ ਖੁਸ਼ ਰਹਵੇਂ, ਆਬਾਦ ਰਹਵੇਂ। ਤੂੰ ਪਤਾ ਨਹੀਂ ਕਿੰਨਿਆਂ ਕੁ ਨੂੰ ਆਬਾਦ ਕੀਤਾ ਹੈ, ਤੂੰ ਮੈਨੂੰ ਵੀ ਆਬਾਦ ਕੀਤਾ। ਦੋਸਤੋ, ਮੈਂ ਉਮੀਦ ਕਰਦਾ ਤੁਹਾਨੂੰ ਇਹ ਕਵਿਤਾ ਬਹੁਤ ਸੋਹਣੀ ਲੱਗੀ ਹੋਊਗੀ। ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਕਵਿਤਾਵਾਂ ਤੁਹਾਡੇ ਲਈ ਲੈ ਕੇ ਆਵਾਂਗੇ ਇਸੇ ਚੈਨਲ 'ਤੇ। ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਰੋਲਿੰਗ ਫਰੇਮਸ ਇੰਟਰਟੇਨਮੈਂਟ 'ਤੇ। ਹਾਂ, ਕਮੈਂਟ ਵੀ ਕਰਨੇ ਆ ਤੁਸੀਂ। ਚੰਗਾ ਦੋਸਤੋ, ਸਤਿ ਸ਼੍ਰੀ ਅਕਾਲ।